जी सत श्री अकाल जी, सारिआं नूं स्वागत है तुहाडा सरा अपने चैनल सरां फैमिली 'च। अज्ज तां असीं तुहानूं विखावांगे मझ दी धार कढ़नी, जो कि पिंडां दा आम विरसा है, हरेक घर दे विच कढ़ी जांदी है। ਪਿੰਡਾਂ ਦੇ ਵਿੱਚ ਲੋਕ ਬਹੁਤ ਜ਼ਿਆਦਾ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਨੇ ਅਤੇ ਬਹੁਤ ਵਧੀਆ ਤਰੀਕੇ ਨਾਲ ਧਾਰਾਂ ਕੱਢਦੇ ਨੇ, ਜੋ ਕਿ ਅੱਜ ਅਸੀਂ ਤੁਹਾਨੂੰ ਕੱਢ ਕੇ ਦਿਖਾ ਰਹੇ ਹਾਂ। ਪਹਿਲਾਂ ਆਪਾਂ ਗੋਹਾ, ਜੋ ਕਿ ਆਪਾਂ ਪਹਿਲਾਂ ਇੱਕ ਵਾਰ ਤਾਂ ਚੱਕ ਲਿਆ ਸੀਗਾ, ਅਤੇ ਹੁਣ ਜਿਹੜਾ ਮੱਝਾਂ ਨੇ ਹੋਰ ਕੀਤਾ ਉਹ ਆਪਾਂ ਪਿੱਛੇ ਕਰ ਲਾਂਗੇ। ਗੋਹਾ ਪਿੱਛੇ ਕਰਕੇ ਫਿਰ ਆਪਾਂ ਮੱਝ ਦੀ ਧਾਰ ਕੱਢਣੀ ਸਟਾਰਟ ਕਰਾਂਗੇ। ਅੱਜ ਕੱਲ੍ਹ ਜ਼ਿਆਦਾ ਪਸ਼ੂ ਵੀ ਸਾਂਭਣੇ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਨੇ, ਇਸ ਕਰਕੇ ਅਸੀਂ ਦੋ ਹੀ ਮੱਝਾਂ ਰੱਖੀਆਂ ਹੋਈਆਂ ਨੇ, ਕਿਉਂਕਿ ਆਪਦੇ ਘਰ ਜਿਹੜਾ ਬਸ ਦੁੱਧ ਪਾਣੀ ਵਰਤਿਆ ਜਾਵੇ। ਜ਼ਿਆਦਾ ਪਸ਼ੂ ਸਾਹਮਣੇ ਵੀ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਨੇ, ਇੰਨੇ ਪਸ਼ੂਆਂ ਦੀ ਦੇਖਭਾਲ, ਦਾਣਾ ਨਵਾਉਣਾ ਧਵਾਉਣਾ, ਪਾਣੀ ਵਗੈਰਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ। ਇਸ ਕਰਕੇ ਅਸੀਂ ਦੋ ਹੀ ਪਸ਼ੂ ਰੱਖੇ ਹੋਏ ਨੇ ਅਤੇ ਅਸੀਂ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀ ਸਾਂਭ ਸੰਭਾਲ ਕਰਦੇ ਹਾਂ। ਇਹਨਾਂ ਨੂੰ ਨਵਾਉਣੇ ਪਿਆਉਣੇ ਆ, ਇਹਨਾਂ ਨੂੰ ਵਧੀਆ ਟਾਈਮ 'ਤੇ ਪੱਠੇ ਪਾਉਣੇ ਆ। ਹੁਣ ਆਪਾਂ ਇਹਨਾਂ ਦੀ ਸ਼ਾਮ ਦੇ ਟਾਈਮ ਸਹੀ ਟਾਈਮ 'ਤੇ ਧਾਰ ਕੱਢ ਲਾਂਗੇ, ਫਿਰ ਇਹ ਪੋਟੀ ਕਿੱਥੋਂ ਆ ਗਈ ਕਰਿਆ ਇਹ ਵੀ ਇੱਕ ਬਹੁਤ ਵੱਡੀ ਕਲਾਕਾਰੀ ਹੈ, ਇਹ ਹਰ ਕਿਸੇ ਨੂੰ ਨਹੀਂ ਕੱਢਣੀ ਆਉਂਦੀ ਹੁੰਦੀ। ਇਹ ਵੀ ਜਿਹੜਾ ਕੋਈ ਸਿੱਖ ਲਾ ਸਕਦਾ ਹੈ ਉਸੇ ਨੂੰ ਹੀ ਕੱਢਣੀ ਆਉਂਦੀ ਹੈ, ਹਰ ਕਿਸੇ ਦੇ ਵੱਸ ਦਾ ਕੰਮ ਨਹੀਂ ਹੁੰਦਾ ਧਾਰ ਕੱਢਣੀ। ਇਹ ਬਹੁਤ ਹੀ ਜ਼ਿਆਦਾ ਧਿਆਨ ਨਾਲ ਕੱਢਣੀ ਪੈਂਦੀ ਹੈ, ਗਾਵਾਂ ਦੀ ਧਾਰ ਵੀ ਬਹੁਤ ਜ਼ਿਆਦਾ ਧਿਆਨ ਨਾਲ ਕੱਢਣੀ ਪੈਂਦੀ ਹੈ, ਮੱਝਾਂ ਦੀ ਵੀ, ਕਿਉਂਕਿ ਇਹਨਾਂ ਦਾ ਪਤਾ ਨਹੀਂ ਹੁੰਦਾ ਜਾਨਵਰ ਕਦੋਂ ਕਿਸ ਟਾਈਮ ਬਾਲਟੀ ਵਿੱਚ ਲੱਤ ਮਾਰ ਦਿੰਦਾ। ਇਸ ਕਰਕੇ ਬਹੁਤ ਹੀ ਜ਼ਿਆਦਾ ਆਪਾਂ ਨੂੰ ਸਤਰਕ ਰਹਿ ਕੇ ਗਾਂ ਮੱਝ ਦੀ ਧਾਰ ਕੱਢਣੀ ਚਾਹੀਦੀ ਹੈ। ਅੱਜ ਕੱਲ੍ਹ ਮੱਖੀ ਮੱਛਰ ਵੀ ਬਹੁਤ ਜ਼ਿਆਦਾ ਹੁੰਦਾ ਹੈ, ਇਸ ਕਰਕੇ ਪਸ਼ੂ ਹਿਲਦਾ ਹੀ ਰਹਿੰਦਾ ਹੈ, ਬਾਲਟੀ ਵੱਲ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ।